बिस्मिल्लाह रहमान रहीम, शुरू अल्लाह के नाम से जो बड़ा मेहरबान निहायत रहम करने वाला है। वेलकम माय यूट्यूब चैनल ढुड्डी व्लॉग। आई एम मोहम्मद हसनैन ढुड्डी। अस्सलाम वालेकुम व रहमतुल्लाहि व बरकातुहू। तो आज दा व्लॉग स्टार्ट करने हैं। आज मैं घरे बैठा हूँ तो उत्ते टूवेल जी कल परसों तुम विखाई हो ज़्यादा ही खराब हो गई है, तो हूँ उत्थे लै जाने हैं। पहले साल हफ्ते तो उम्र स्टार्ट होंगी। क्या हो गया? तो चलने हैं मड़ो, उसे तो पिछा है सारा वह इंजन पैर गाड़ी छटे उस है। देखो मैं हूँ पहुँच आया तकरीबन 2-3 किलो की जहाँ देखो जिसे है देखो हर तरफ कट्ठे बंदे साढ़े के पसीना आए बदल कड़ा खड़ी गई है। तो आओ देखो गड्डी खड़ी जितने जाना है इतने टूवेल गलील की खड़ी है सानू चलावनी और अगली चलावनी आई हुई है खाना दी कबाब जो भी जरूर करे सच्ची मेरी खड़ी है खराब है टूवेल चला ली है कबाब बड़ी माशाल्लाह सोनी खली है ने खाना दी कबाब ए फैसला बारे च भी मंगाया रख तो टाप लवी थोड़ी है आगे 2-3 किले में दे हैं मुकम्मल वीडियो है क्या बड़ी किले ना सोनी वीडियो बनाना दी ने आ देखो ए खाला पार अंदर चलते ही जानो के ना कि में दिए यहां पर जिम्मेदार जेड़े बंदे नाम तो पता लग गया सी माशाल्लाह खाली सही लगदा पी है टोटल कबाब में खली है ते हुण उस गड्डी ते जावने ओदे विच पल्लियां करनी जाना उस टूवेल ते तल्लू चिक्का करना पक्का सा चलावनी गड्डी कटनी है विचो इस बोर ओई तो अनवी खेसा हुण ओदा पता के बणदा है ते कितना टाइम लगदा है हुण मैं तकरीबन पहुंच गया चलो कोई नहीं जितना ही टाइम लगा अपन उस टूवेल ते कोल पहुंचा खला आपा ते चलने आपा ते गड्डी चलावनी आपा कटनी रोड ही होई है काम करना है या नहीं निजाम रस्से रुसे गड्ढते पाए अंदर डाल दे बंदा एक बड़ा बैठे मिट्टी पर रस्से काटते गड्डी चले सा फिरकी नहीं फिरदी ना तो ਛੇਟੀ ਘੜ ਲਈ ਤੇ ਮੈਂ ਥੋੜੀ ਜਿਹੀ ਬੰਦ ਕੱਟ ਦਿੱਤਾ ਹੁਣ ਮਿੱਟੀ ਸਾਰੀ ਘੜ ਲਈ ਤੇ ਹੁਣ ਹੋਰ ਹੋਰ ਤਲ ਹੋ ਗਈ ਸਾਲ ਲਈ ਲੱਗੇ ਨਹੀਂ ਪਾਟ ਕਰ ਸੀ ਪੱਲੀ ਕਿ ਖਤਮ ਕਰ ਤੇ ਕਰ ਪੱਕ ਤਰੋੜ ਰਹਿੰਦਾ ਵੀ ਆ ਇਹ ਟੋਟਾ ਨਹੀਂ ਚੰਗਾ
ਅੱਖ ਤਰੋ ਕਰੇ ਦੋ ਇੱਕ ਚਾਹ ਦਾ ਬੋਰੇ ਤੇ ਵੱਡਾ ਆ ਵੇਖੋ ਐ ਮਿੱਟੀ ਬੜੀ ਨਿਕਲੀ ਤੇ ਦੋ ਇੱਕ ਟਰਾਲੀ ਨਿਕਲੀ ਆ ਬਈ 10 15 ਫੁੱਟ ਚਿੱਟੀ ਕੀਤੀ ਇਹਨੇ ਕੋਈ ਲੋਕਲ ਕੰਮ ਹੀ ਨੀ ਕਰ ਸਕਦਾ ਹੁਣ ਦੋ ਬੰਦੇ ਵਿੱਚ ਵੜ ਗਏ ਪੱਲੀ ਛਿੱਟ ਸਾਂ ਹੁਣ ਇਹ ਤਾਂ ਹੋ ਜਾਂਦਾ ਕੈਮਰਾ ਚੜਾ ਵੀ ਪੱਲੀ ਦੀ ਵੀਡੀਓ ਬਣਾ ਲਈ ਸ਼ਾਰਟ ਵੀ ਕਰਦੇ ਤੁਹਾਨੂੰ ਦਿਖਾ ਦਿੱਤੀ ਇਸ ਲਈ ਛਿੱਟਾ ਮੋਹਦੇ ਜਿੱਟਾਂ ਦੇ ਤਕਰੀਬਨ ਘਰ ਜਾਂਦਾ ਪਈ ਹਾਂ ਅਤੇ ਸਰ ਤਕਰੀਬਨ ਸੁਬਾਹ ਲਾਇਆ ਅਤੇ ਦੋ ਕਰਦੇ ਮੁੜ ਘਰ ਸਾਂ ਹੁਣ ਮੈਂ ਘਰ ਪਹੁੰਚ ਆਇਆ ਜੀ ਟੂਵੈਲ ਤੋਂ ਹੁਣ ਅਸਾਂ ਆ ਗਏ ਹਾਂ ਬਹੁਤ ਚਿਰ ਦਾ ਆ ਗਿਆ ਮੈਂ ਤਾਂ ਕਿਤੇ ਤਿੰਨ ਚਾਰ ਘੰਟੇ ਹੋ ਗਏ ਉਦੋਂ ਆ ਗਈ ਪਰ ਮੈਂ ਵੀਡੀਓ ਨਹੀਂ ਬਣਾਇਆ ਮੈਂ ਤਾਂ ਰੋਟੀ ਖਾਧੀ ਸੁਬਾਹ ਦੀ ਖਾਧੀ ਕੋਈ ਨਹੀਂ ਆਈ ਉਸ ਲਈ ਰੋਟੀ ਖਾਧੇ ਅਤੇ ਉਸ ਨੂੰ ਬੈਲ ਵੇਖ ਕੇ ਰੱਖਿਆ ਅਤੇ ਹੁਣ ਮੀਂਹ ਸਜਾਦਾ ਹੋ ਜਾਂਦਾ ਵੀ ਆ ਅਤੇ ਫਿਰ ਵੀ ਉਹ ਉੱਥੇ ਰੇੜੀ ਲਈ ਜਾਂਦਾ ਉੱਥੇ ਕਰਦੇ ਅਤੇ ਉਹ ਅਗਾਂਹ ਭੱਜ ਗਈ ਖੋਤੀ ਰੇੜੀ ਉਹ ਲੈ ਜਾਂਦਾ ਅਤੇ ਆ ਮੀਆਂ ਸਜਾਦ ਹੁਸੈਨ ਬੁਖਾਰੀ ਪਤਾ ਹੈ ਜਿਹਦੇ ਭੱਠੇ ਚਾਵਣ ਜਾਂਦੇ ਪਏ ਆ ਮੈਂ ਆਖਿਆ ਚਲੋ ਅੱਜ ਦੀ ਵੀਡੀਓ ਮੁਕੰਮਲ ਹੋ ਗਿਆ ਸੀ ਅਤੇ ਭੱਠੇ 'ਚ ਹੋ ਜਾ ਸਨ ਤੁਰ ਫੇਰੀ ਦੀ ਸੈਂ ਤੇ ਤੁਹਾਨੂੰ ਵੀ ਖਾ ਰਹੀ ਸੈਂ ਰੁੱਕ ਬੋਰ ਦੀ ਨਾ ਇਹਦੇ ਆ ਸ਼ਕਲ ਵੀ ਖਾ ਦੀ ਬੰਦਾ ਨੂੰ ਤੈਨੂੰ ਸ਼ਾਇਦ ਕਾਈ ਮਾਈ ਵੇਖ ਤੇ ਪਸੰਦ ਹੀ ਕਰ ਲਵੇ ਇਹ ਕੁਆਰਾ ਵਧਾ ਕਾਈ ਮਾਈ ਹੋਵੇ ਪਰ ਨਹੀਂ ਬਣਾ ਜਾਂਦੀ ਇਸ ਬੰਦੇ ਨੂੰ ਚੱਲ ਹੱਥ ਲਾ ਇੱਦਾਂ ਨੂੰ ਆ ਕੇ ਆ ਰਹੀ ਨੇ ਠੀਕ ਹੀ ਨਹੀਂ ਚੱਲ ਬਣਾਈ ਕਰ ਅਈ ਕਰ ਕਰ ਖਰਚਾ ਮਾਈ ਕਾ ਪਸੰਦ ਹੀ ਕਰ ਲਵੀ ਜਮੀਨ ਆਉਂਦੀ ਹੈ ਕਿਸੇ ਨੂੰ 10-15 ਜਾਨਵਰ ਆਉਂਦੇ ਕਾਈ ਮਾਈ ਪਰ ਨਹੀਂ ਬਣਾ ਛਾਪ ਪਰ ਨਹੀਂ ਸਕਦੀ ਹੱਸਦਾ ਤੇ ਉਹ ਤਾਂ ਖੋਤੀ ਰੇੜੀ ਆ ਜਾਂਦੀ ਹੈ ਰਿਮੋਟ ਬਣੇ ਨੇ ਆ ਸਾਡੀ ਲੈਂਡ ਕਰੋਜ਼ਰ ਆ ਚੁੱਕੀ ਹੈ ਮੇਰਾ ਆਬੂ ਡਰਾਈਵਰ ਸਾਡੇ ਇਸ ਲੈਂਡ ਕਰੋਜ਼ਰ ਦਾ ਇਹ ਪੱਠੇ ਵੱਡੇ ਭੈਣ ਪਤਾ ਹੁਣ ਕਿ ਇੱਥੇ ਕਿਆ ਕਾਰਨਾਮਾ ਦਿੰਦੀ ਹੈ ਉਹਦੇ 3000 ਦੀ ਚੱਟੀ ਪਵਾਈ ਆ ਜਿਵੇਂ ਹੁਣ ਸਾਡੀ ਲੈਂਡ ਕਰੋਜ਼ਰ ਆ ਗਈ ਹੈ ਅਤੇ ਮੈਂ ਆਖਿਆ ਚਲ ਤੁਹਾਨੂੰ ਅੱਜ ਦੋ ਦੂਆ ਵਿਜ਼ਿਟ ਕਰਾ ਲਵਾਂ ਇਹ ਪੱਠੇ ਹੁਣ ਲੜ ਸੈਨ 'ਤੇ ਸ਼ਾਇਦ 10-15-20 ਮਿੰਟ ਲੱਗ ਜਾ ਸੈਨ ਇਹ ਵੇਖੋ ਇਹ ਹੁਣ ਪੱਠੇ ਉੜੇ ਸੀ ਲੜ ਸੈਨ ਲੜ ਕੇ ਅਤੇ ਫਿਰ ਇਹਨਾਂ ਗਲੇ ਚਲ ਸਾਂ ਕਹਿੰਦੇ ਇੱਦੂ ਤੁਹਾਨੂੰ ਵਾਹ ਭਾਈ ਦਾ ਹੀ ਵਿਜ਼ਿਟ ਕਰਾ ਲਵਾਂ ਤੁਨੇ ਮੇਰੇ ਯਾਰ ਕਿਤੇ ਜਾਏ ਰੇ ਸਾਡੀ ਜ਼ਿੰਦਗੀ ਅੱਠਾ ਬਲੀਏ ਸਾਨੂੰ ਐਰੇ ਗੈਰੇ ਦੀ ਨਹੀਂ ਪਰਵਾਹ ਬਲੀਏ ਅੱਜ ਕੱਲ੍ਹ ਇੱਕ ਛੂ ਰੇ ਉਸ ਗਾਣਾ ਆਇਆ ਉਸ ਆਖਿਆ ਸਾਨੂੰ ਐਰੇ ਗੈਰੇ ਦੀ ਨਹੀਂ ਪਰਵਾਹ ਮੰਮੀਏ ਉਸ ਉੱਤੇ ਲਿਖਿਆ ਹੋਇਆ ਡਿਜੀਟਲ ਜਵਾਕ ਇਹ ਵੇਖੋ ਜੀ ਹੈ ਹਮਾਰੇ ਦਿਹਾਤ ਕਾ ਨਜ਼ਾਰਾ ਯੇ ਦੇਖੋ ਲਿਹਾਜ਼ਾ ਮੇਰੇ ਕੈਮਰੇ ਕਾ ਰਿਜ਼ਲਟ ਥੋੜ੍ਹਾ ਨਾਰਮਲ ਹੈ ਇਸ ਲਈ ਯੇ ਰਿਜ਼ਲਟ ਅੱਛਾ ਨਹੀਂ ਦੇ ਰਹਾ ਇਨਸ਼ਾਅੱਲਾ ਮੇਰੀ 2-3 ਤਨਖਾਹ ਆ ਗਈ ਯੂਟਿਊਬ ਤੋਂ ਅਤੇ ਆਈਫੋਨ ਐਕਸ ਲੈ ਦੇਵਣਾ ਆਈਫੋਨ ਤੋਂ ਨਹੀਂ ਅਲਟਰਾ ਲਿਖਾ ਸੈਮਸੰਗ ਅਲਟਰਾ ਪ੍ਰੋ ਦੋਵੇਂ ਜਿਸ ਤਰ੍ਹਾਂ ਦਾ ਹੀ ਹੋਇਆ ਯਾਰੀ ਸਹੇਗਲ ਉਹ ਸਬਸਕ੍ਰਾਈਬ ਕਰ ਦਿਓ ਤਾਂ ਕਿ ਮੈਂ ਮੋਬਾਈਲ ਲੈ ਸਕਾਂ ਅਤੇ ਕੋਈ ਥੋੜ੍ਹੇ 2000 ਪੈਸੇ ਆ ਜਾ ਸਕਣ ਸਬਸਕ੍ਰਾਈਬ ਅਤੇ ਲਾਈਕ ਮਾਰ ਦਿੱਤੇ ਕਰੋ ਕੁਛ ਨਹੀਂ ਹੁੰਦਾ ਘੰਟੇ ਤੁਹਾਡੇ ਕਿਹੜੇ ਪੈਸੇ ਲੱਗਦੇ
ਤੇ ਮੈਂ ਬੜੀ ਵੀਡੀਓ ਮੁਸ਼ਕਿਲ ਨਾਲ ਬਣਾਉਂਦਾ ਨਾ ਟਾਈਮ ਕੱਢਦਾ ਨਾ ਮਰਜ਼ੀ ਹੈ ਯਾਰ ਤੁਹਾਡੀ ਇਹੀ ਕੱਲ੍ਹ ਤਮਾਸ ਸੀ ਉਹ ਤਾਂ ਪੂਰੀ ਕਰੋ ਚਾ ਅਤੇ ਮੁੜ ਅਗਰ ਖੋਤੀ ਕੋਈ ਕਾਰਨਾਮਾ ਦਿੰਦੀ ਹੈ ਤਾਂ ਵੀਡੀਓ ਬਣਾ ਸਾ ਨਹੀਂ ਤਾਂ ਇੱਥੇ ਉਹ ਇਖਤਤਾਮ ਕਰਦੀ ਸਾ ਕਿਤਨੀ ਖੋਤੀ ਬਣ ਗਏ ਵਿਖਾ ਕੇ ਕਿਤੇ ਖੋਤੀ ਬਣ ਗਏ ਸਾਹਿਬ ਬਣ ਕੇ ਚੱਲ ਗਿਆ ਤੇ ਜਿਵੇਂ ਤੁਸੀਂ ਵੇਖਦੇ ਪਏ ਅਸਾਂ ਪੱਠੇ ਲੈ ਦੇ ਨਿਕਲਾ ਸਕਸੈਸਫੁੱਲ ਹੋ ਗਏ ਕਾਮਯਾਬ ਹੋ ਗਏ ਅਤੇ ਮੈਂ ਮੁਹੰਮਦ ਹਸਨੈਨ ਡੁੱਡੀ ਅਤੇ ਮੇਰਾ ਯੂਟਿਊਬ ਚੈਨਲ ਡੁੱਡੀ ਵਲੋਗ ਅਤੇ ਅੱਜ ਦੀ ਵੀਡੀਓ ਦਾ ਕਰਨਾ ਹੈ ਇਖਤਤਾਮ ਅਤੇ ਮੇਰੀ ਨੈਕਸਟ ਵੀਡੀਓ ਵੇਖਣ ਵਾਸਤੇ ਅਗਰ ਅੱਛੀ ਲੱਗੇ ਤਾਂ ਠੀਕ ਹੈ ਨਹੀਂ ਤਾਂ ਅਗਾਂਹ ਗੁਜ਼ਾਰ ਮੁਗਜ਼ਾਰ ਦੇ ਵੀ ਆਏ ਅਤੇ ਉਹਦੇ ਵਾਸਤੇ ਅਗਰ ਅੱਛੀ ਨਾ ਹੀ ਲੱਗੇ ਤਾਂ ਮੋੜੀ ਯਾਰ ਸਬਸਕ੍ਰਾਈਬ ਕਰ ਦੇ ਵੀ ਆਏ ਅਤੇ ਨਾਲ ਘੰਟੀ ਦਿੱਤੀ ਹੋਈ ਉਹ ਨੱਪ ਦੀ ਆ ਤਾਂ ਕਿ ਮੇਰੀ ਆਉਣ ਵਾਲੀ ਨਵੀਂ ਵੀਡੀਓ ਤੁਹਾਡੇ ਤਾਈਂ ਪਹੁੰਚ ਸਕੇ ਅਤੇ ਉੱਤੇ ਦੀ ਇਜਾਜ਼ਤ ਦਿਓ ਅੱਲਾ ਹਾਫਿਜ਼ ਅਤੇ ਨੈਕਸਟ ਡੇ ਇਨਸ਼ਾਅੱਲਾ ਨਿਊ ਵੀਡੀਓ ਨਾਲ ਅਮਸਾਏ।